ਹੈਲੋ ਫਰੈਂਡਸ, ਅੱਜ ਬਣਾਵਾਂਗੇ ਅੰਬ ਦਾ ਅਚਾਰ। ਗਰਮੀ ਦਾ ਮੌਸਮ ਅਤੇ ਅੰਬ ਦਾ ਅਚਾਰ, ਇਹਦਾ ਕੋਂਬੀਨੇਸ਼ਨ ਹੀ ਅਲੱਗ ਆ। ਇਹਦੇ ਲਈ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਕਲੌਂਜੀ ਲੈ ਲੈਣੀ, ਸਾਰੇ ਮਸਾਲੇ ਤੁਹਾਨੂੰ ਦਿਖਾ ਦੇਵਾਂਗੀ। ਹਲਦੀ ਲੈ ਲੈਣੀ ਆ, ਜਿੰਨਾ ਤੁਹਾਡਾ ਅਚਾਰ ਆ ਉਹਦੇ ਅਕੋਰਡਿੰਗ ਤੁਸੀਂ ਲੈਣੀ ਆ, 1 ਜਾਂ 2 ਚਮਚ। ਦੇਗੀ ਮਿਰਚ ਜੂਹ ਪਾਣੀ ਆ ਵਿੱਚ, ਮੇਥੀ ਦਾਣਾ, ਠੀਕ ਹੈ, ਔਰ ਨਮਕ। ਸੌਂਫ ਵੀ ਅਸੀਂ ਐਡ ਔਨ ਕਰਨੀ ਵਿੱਚ, ਕਿਉਂਕਿ ਸੌਂਫ ਦੇ ਨਾਲ ਹੀ ਅਚਾਰ ਦਾ ਜਿਹੜੀ ਫਰੈਗਰੈਂਸ ਆ ਉਹ ਆਉਂਦੀ ਆ। ਇਹਦੇ ਵਿੱਚ ਮੈਂ ਹੀਂਗ ਵੀ ਪਾਈ ਹੋਈ ਆ, ਜੋ ਵਿੱਚ ਮਿਕਸ ਕਰ ਹੋ ਗਈ। ਤੁਸੀਂ ਹੀਂਗ ਜ਼ਰੂਰ ਪਾਣੀ ਅਤੇ ਇੱਕ ਕੌਲੀ ਭਰ ਕੇ ਨਾ ਤੇਲ ਦੀ, ਸਰ੍ਹੋਂ ਤੇਲ ਦੀ, ਕੱਚੇ ਤੇਲ ਦੀ, ਠੀਕ ਆ, ਤਾਂ ਔਰ ਇੱਕ ਚੀਨੀ, ਠੀਕ ਹੈ। ਇਹ ਸਾਰੇ ਮਸਾਲੇ ਤੁਸੀਂ ਨਾ ਮਿਕਸ ਕਰ ਲੈਣੇ, ਅਤੇ ਅੰਬ ਕੱਟ ਕਰਕੇ ਉਹਦੇ ਉੱਪਰ ਇਸ ਪੂਰੇ ਮਸਾਲੇ ਨੂੰ ਇਸ ਤਰ੍ਹਾਂ ਫੈਲਾ ਲੈਣਾ, ਠੀਕ ਹੈ। ਔਰ ਇਸ ਅਚਾਰ ਨੂੰ ਹੱਥ ਦੇ ਨਾਲ ਹੀ ਤੁਸੀਂ ਜਦੋਂ ਕਰੋਗੇ ਨਾ, ਹੱਥ ਦੇ ਨਾਲ ਹੀ ਮਿਕਸ ਕਰਨਾ। ਇਹ ਅਚਾਰ ਮੇਰੀ ਮੰਮੀ ਬਣਾਉਂਦੇ ਆ ਔਰ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ। ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ। ਸਾਰੇ ਮਸਾਲੇ ਦੇਖੋ ਚੰਗੀ ਤਰ੍ਹਾਂ ਕੋਟਿੰਗ ਹੋ ਚੁੱਕੀ ਹੈ, ਕਿੰਨਾ ਸੋਹਣਾ ਕਲਰ ਆ, ਔਰ ਦਿਲ ਕਰਦਾ ਕਿ ਅੱਧੀ ਚੱਕ ਕੇ ਇਹਨੂੰ ਖਾ ਲਵਾਂ। ਬਹੁਤ ਹੀ ਟੇਸਟੀ ਬਣਦਾ ਇਹ ਅਚਾਰ, ਬਹੁਤ ਹੀ ਈਜ਼ੀ ਵੇ ਆ ਇਹ, ਠੀਕ ਹੈ। ਉਸ ਤੋਂ ਬਾਅਦ ਵਿੱਚ ਜਿਹੜਾ ਅਸੀਂ ਓਇਲ ਪਾਉਣਾ ਨਾ, ਉਹ ਵੀ ਇਸੇ ਸਟੇਜ 'ਤੇ ਓਇਲ, ਜਿਹੜਾ 1 ਕੌਲੀ ਮੈਂ ਪਾਣੀ ਆ, ਜਿਹੜਾ ਬਾਅਦ 'ਚ ਓਇਲ ਪਾਉਣਾ ਉਹ ਬਾਅਦ ਵਿੱਚ ਪਾਵਾਂਗੇ, ਹਜੇ ਫਿਲਹਾਲ ਤੁਸੀਂ ਪਾ ਲੈਣਾ। ਹੁਣ ਦੇਖੋ ਇੱਕ ਇਹ ਹੋਰ ਤਰੀਕਾ ਹੈ ਜੋ ਮੰਮੀਆਂ ਕੋਲ ਹੀ ਹੁੰਦੇ ਆ, ਕਲੌਂਜੀ ਥੋੜ੍ਹੀ ਜਿਹੀ, ਨਮਕ ਅਤੇ ਤੇਲ ਥੋੜ੍ਹਾ ਜਿਹਾ ਡੱਬੇ ਦੇ ਵਿੱਚ ਪਾ ਲੈਣਾ, ਉਸ ਤੋਂ ਬਾਅਦ ਇਹ ਸਾਰਾ ਅਚਾਰ ਉਹਦੇ ਵਿੱਚ ਸ਼ਿਫਟ ਕਰਨਾ, ਠੀਕ ਹੈ। ਇੰਨੀ ਕੁ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ, ਅਤੇ ਡੱਬਾ ਬਿਲਕੁਲ ਸਾਫ਼ ਰਹਿਣਾ, ਹੁਣ ਚੰਗੀ ਤਰ੍ਹਾਂ ਸੁਕਾ ਲੈਣਾ, ਗਿੱਲਾ ਬਿਲਕੁਲ ਨਾ ਹੋਵੇ। ਥੈਂਕ ਯੂ ਫੋਰ ਵਾਚਿੰਗ, ਸਬਸਕ੍ਰਾਈਬ ਪਲੀਜ਼। ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ